ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਵਾਂਗੇ ਕੁਝ ਕਮੈਂਟਸ ਨੂੰ ਵੀ ਪੜ੍ਹਾਂਗੇ ਔਰ ਅੱਜ ਦੀ ਵੀਡੀਓ ਖਾਸ ਤੌਰ ਤੇ ਬਿਜਲੀ ਦੇ ਬਿੱਲਾਂ ਦੇ ਨਾਲ ਸੰਬੰਧਿਤ ਹੈ ਬਿਜਲੀ ਦੇ ਲੋਡ ਦੇ ਨਾਲ ਸੰਬੰਧਿਤ ਹੈ ਬਕਾਇਆ ਨਾਲ ਸੰਬੰਧਿਤ ਹੈ ਬਿਜਲੀ ਦੀ ਮਾਫੀ ਦੇ ਉੱਪਰ ਜਿਹੜੇ ਸਵਾਲ ਆਏ ਨੇ ਉਹਨਾਂ ਬਾਰੇ ਜਾਣਕਾਰੀ ਲੈਣੇ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲੋ ਦੋਸਤੋ ਬਹੁਤ ਸਾਰੇ ਕਮੈਂਟਸ ਅੱਜਕੱਲ ਸਾਡੀ ਵੀਡੀਓਜ਼ ਦੇ ਉੱਪਰ ਬਿਜਲੀ ਦੇ ਬਿਲਾ ਨੂੰ ਲੈ ਕੇ ਲੋਡ ਦੀ ਕੈਲਕੂਲੇਸ਼ਨ ਨੂੰ ਲੈ ਕੇ ਆ ਰਹੇ ਨੇ ਇਸ ਉੱਪਰ ਅਸੀਂ ਜਿਹੜੀ ਹੈ ਇਸ ਚੈਨਲ ਦੇ ਉੱਪਰ ਲੋਡ ਕੈਲਕੂਲੇਸ਼ਨ ਦੇ ਉੱਪਰ ਵੀਡੀਓਜ਼ ਵੀ ਜਿਹੜੀਆਂ ਨੇ ਪਾਈਆਂ ਹੋਈਆਂ ਨੇ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਆਪਣੇ ਘਰ ਦਾ ਲੋਡ ਜਿਹੜਾ ਕੈਲਕੂਲੇਟ ਕਰਨਾ ਸਿੱਖ ਸਕਦੇ ਹੋ ਕੁਝ ਸਵਾਲ ਜਿਹੜੇ ਨੇ ਸਮਰਸੀਬਲ ਮੋਟਰਾਂ ਨੂੰ ਲੈ ਕੇ ਆਏ ਨੇ ਕਿ ਸਮਰਸੀਬਲ ਮੋਟਰ ਬਾਰੇ ਜਿਹੜਾ ਲੋਡ ਦੀ ਕੈਲਕੂਲੇਸ਼ਨ ਹੈ ਉਸ ਵਿੱਚ ਨਹੀਂ ਦੱਸਿਆ ਗਿਆ ਦੋਸਤੋ ਇਹਨਾਂ ਚੀਜ਼ਾਂ ਦਾ ਜਿਹੜਾ ਐਕਚੁਅਲ ਲੋਡ ਹੈ ਯਾਨੀ ਕਿ ਜੇਕਰ ਕੋਈ ਵੀ ਮੋਟਰ 1 BHP ਦੀ ਹੈ ਤਾਂ ਉਸ ਦਾ ਲੋਡ ਜਿਹੜਾ ਹੈ .746 ਹੋਵੇਗਾ ਯਾਨੀ ਕਿ 746 ਯਾਨੀ ਕਹਿਣ ਦਾ ਭਾਵ ਕਿ ਇੱਕ BHP ਦੀ ਮੋਟਰ ਦਾ ਲੋਡ ਜਿਹੜਾ ਹੈ ਉਹ 1 ਕਿਲੋਵਾਟ ਤੋਂ ਘੱਟ ਹੋਵੇਗਾ .746 ਜਿਹੜੀਆਂ ਚੀਜ਼ਾਂ ਨੂੰ ਵੀਡੀਓ ਦੇ ਵਿੱਚ ਨਹੀਂ ਦਰਸਾਇਆ ਗਿਆ ਉਹਨਾਂ ਚੀਜ਼ਾਂ ਦਾ ਲੋਡ ਤੁਸੀਂ ਜਿਹੜਾ ਉਸ ਪ੍ਰੋਡਕਟ ਦੇ ਉੱਪਰ ਜੋ ਕੈਲਕੂਲੇਸ਼ਨ ਕੀਤੀ ਹੋਈ ਹੈ ਲੋਡ ਦੀ ਹੈ ਲੋਡ ਲਿਖਿਆ ਹੋਇਆ ਉਸ ਤੋਂ ਤੁਸੀਂ ਜਿਹੜਾ ਉਸ ਨੂੰ ਜਜ ਕਰ ਸਕਦੇ ਹੋ ਸੋ ਦੋਸਤੋ ਹੁਣ ਅੱਜ ਦਾ ਪਹਿਲਾ ਸਵਾਲ ਲੈਨੇ ਆ ਸਭ ਤੋਂ ਪਹਿਲਾ ਸਵਾਲ ਜਿਹੜਾ ਇੰਸਟਾਗ੍ਰam ਤੇ ਆਇਆ ਹੋਇਆ ਹੈ ਇਹ ਬੜਾ ਮਹੱਤਵਪੂਰਨ ਸਵਾਲ ਹੈ ਇਸ ਕਰਕੇ ਜਿਹੜਾ ਹੈ ਇਸ ਕਮੈਂਟ ਨੂੰ ਸਵਾਲ ਨੂੰ ਅਸੀਂ ਇਸ ਵੀਡੀਓ ਦਾ ਹਿੱਸਾ ਬਣਾਇਆ ਇਸ ਕਿਹਾ ਜਾ ਰਿਹਾ ਹੈ ਕਿ 1 ਜੁਲਾਈ ਤੋਂ ਬਾਅਦ ਜੇ 600 ਤੋਂ ਘੱਟ ਯੂਨਟਾਂ ਯੂਜ਼ ਕਰਦੇ ਆ ਤਾਂ ਬਿੱਲ ਬਿਲਕੁਲ ਨਹੀਂ ਆਏਗਾ ਜਾਂ ਫਿਰ ਫਿਕਸ ਚਾਰजेस ਜਿਹੜੇ ਆ ਉਹ ਦੇਣੇ ਪੈਣਗੇ ਇੱਕ ਵਾਜਬ ਸਵਾਲ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ 1 ਜੁਲਾਈ ਤੋਂ 600 ਯੂਨਟਾਂ ਦੀ ਜਿਹੜੀ ਸਹੂਲਤ ਹੈ ਉਹ ਹਰ ਪਰਿਵਾਰ ਨੂੰ ਦਿੱਤੀ ਜਾਵੇਗੀ ਸੋ ਇਹ ਸਵਾਲ ਇਹ ਹੈ ਕਿ ਜੇਕਰ ਅਸੀਂ 600 ਤੋਂ ਘੱਟ ਯੂਨਟਾਂ 2 ਮਹੀਨਿਆਂ ਦੇ ਵਿੱਚ ਵਰਤੋਂ ਕਰਦੇ ਹਾਂ ਕਿ ਸਾਡਾ ਬਿੱਲ ਬਿਲਕੁਲ ਜ਼ੀਰੋ ਆਵੇਗਾ ਜਾਂ ਫਿਰ ਫਿਕਸ ਚਾਰਜਸ ਸਾਨੂੰ ਦੇਣੇ ਪੈਣਗੇ ਦੋਸਤੋ ਸਰਕਾਰ ਦੀ ਮੰਨੀਏ ਤਾਂ ਜਿਹੜਾ ਬਿੱਲ ਹੈ ਉਹ ਜ਼ੀਰੋ ਆਏਗਾ ਜਿਸ ਤਰ੍ਹਾਂ ਕਿ ਵਾਅਦਾ ਕੀਤਾ ਗਿਆ ਪਰ ਇਸ ਉੱਪਰ ਲਿਖਤੀ ਨੋਟੀਫਿਕੇਸ਼ਨ ਜਿਹੜੀ ਹੈ ਪੀਐਸਪੀਸੀਐਲ ਦੇ ਜਾਂ ਫਿਰ ਸਰਕਾਰ ਨੇ ਅਜੇ ਤੱਕ ਜਾਰੀ ਨਹੀਂ ਕੀਤੀ ਐ ਸੋ ਉਸ ਦੀ ਉਡੀਕ ਜਿਹੜੀ ਸਾਨੂੰ ਕਰਨੀ ਪਵੇਗੀ ਜੋ ਵੀ ਲਿਖਤ ਰੂਪ ਦੇ ਵਿੱਚ ਉਸ ਪੱਤਰ ਦੇ ਵਿੱਚ ਦੱਸਿਆ ਜਾਵੇਗਾ ਉਸ ਨੂੰ ਅਸੀਂ ਇਸ ਚੈਨਲ ਤੇ ਜ਼ਰੂਰ ਸ਼ੇਅਰ ਕਰਾਂਗੇ ਅਗਲਾ ਜਿਹੜਾ ਕਮੈਂਟ ਹੈ ਇੰਸਟਾਗ੍ਰam ਤੇ ਪੁੱਛਿਆ ਗਿਆ ਨਿਤਿਸ਼ ਸ਼ਰਮਾ ਜੀ ਨੇ ਇਹ ਕਹਿ ਰਹੇ ਨੇ ਕਿ ਹਾਊ ਕੈਨ ਆ ਅਵੇਲ ਐਸਸੀਬੀਸੀ ਲੈਕਸਿਟੀ ਬੈਨੀਫਿਟਸ ਇਨ ਪੰਜਾਬ ਪੀਐਸਪੀਸੀਐਲ ਇੱਥੇ ਸਵਾਲ ਇਹ ਹੈ ਕਿ ਜੋ ਐਸਸੀਬੀਸੀ ਭਾਈਚਾਰੇ ਨੂੰ 300 ਯੂਨਟਾ ਪ੍ਰਤੀ ਮਹੀਨਾ 600 ਯੂਨਟਾ ਅ ਦੋ ਮਹੀਨਿਆਂ ਦੇ ਬਿਨਾਂ ਸ਼ਰਤ ਦਿੱਤੇ ਜਾ ਰਹੇ ਨੇ ਪਹਿਲਾਂ ਵੀ ਜਿਹੜੇ ਨੇ ਇਹ ਚੱਲ ਰਹੇ ਨੇ ਇਸ ਨੂੰ ਅਵੇਲ ਕਿਵੇਂ ਕੀਤਾ ਜਾ ਸਕਦਾ ਹੈ ਇਸ ਦੀ ਪ੍ਰਾਪਤੀ ਜਿਹੜੀ ਹੈ ਕਿਵੇਂ ਕੀਤੀ ਜਾ ਸਕਦੀ ਹੈ ਕੋਈ ਵੀ ਐਸਸੀ ਭਾਈਚਾਰੇ ਨਾਲ ਸੰਬੰਧਿਤ ਪਰਿਵਾਰ ਬੀਸੀ ਭਾਈਚਾਰੇ ਨਾਲ ਸੰਬੰਧਿਤ ਪਰਿਵਾਰ ਜਾਂ ਫਿਰ ਬੀਪੀਐਲ ਪਰਿਵਾਰ ਜਿਹੜੇ ਨੇ ਇਸ ਦੇ ਨਾਲ ਹੀ ਫਰੀडम फाइਟਰਸ ਵੀ ਜਿਹੜੇ ਨੇ ਕੁਝ ਉਹ ਐਸਸੀ ਬੀਸੀ ਭਾਈਚਾਰੇ ਨੂੰ ਮਿਲਣ ਵਾਲੀਆਂ ਮੁਫਤ ਯੂਨਟਾਂ ਦੀ ਸਹੂਲਤ ਦਾ ਦੀ ਵਰਤੋਂ ਕਰ ਸਕਦੇ ਨੇ ਜੇਕਰ ਉਹ ਕੁਝ ਸ਼ਰਤਾਂ ਪੂਰੀਆਂ ਕਰਦੇ ਹੋਣ ਸੋ ਸ਼ਰਤਾਂ ਇਹ ਨੇ ਦੋਸਤੋ ਕਿ ਘਰ ਦਾ ਜਿਹੜਾ ਲੋਡ ਹੈ ਉਹ 1 ਕਿਲੋਵਾਟ ਤੋਂ ਘੱਟ ਹੋਣਾ ਚਾਹੀਦਾ ਹੈ ਸਾਫ਼-ਸਾਫ਼ ਮੈਂ ਦੋਸਤੋ ਦੱਸਦਾ ਕਿ ਜਿਨ੍ਹਾਂ ਘਰਾਂ ਦੇ ਵਿੱਚ AC ਲੱਗੇ ਹੋਏ ਨੇ ਉਹ ਪਰਿਵਾਰ ਜਿਹੜੇ ਨੇ AC BC ਭਾਈਚਾਰੇ ਨੂੰ ਮਿਲਣ ਵਾਲੀ ਫ੍ਰੀ ਯੂਨਟਾਂ ਦੀ ਸਹੂਲਤ ਦਾ ਇਸਤੇਮਾਲ ਜਿਹੜਾ ਨਹੀਂ ਕਰ ਸਕਦੇ ਉਹ ਪਰਿਵਾਰ ਵੀ ਜਿਹੜੇ ਨੇ ਇਹ ਸਹੂਲਤ ਨਹੀਂ ਲੈ ਸਕਦੇ ਜੋ ਟੈਕਸ ਪਈ ਨੇ ਯਾਨੀ ਕਿ ਟੈਕਸ ਭਰਦੇ ਨੇ ਯਾਨੀ ਕਿ ਰੱਜੇ ਪੁਜੇ ਪਰਿਵਾਰ ਜਿਹੜੇ ਨੇ ਚਾਹੇ ਉਹ ਇਨ੍ਹਾਂ categories ਦੇ ਨਾਲ ਸੰਬੰਧਿਤ ਵੀ ਰੱਖਦੇ ਨੇ ਤਾਂ ਉਹ ਇਹ ਸਹੂਲਤ ਜਿਹੜੀ ਹੈ ਉਹ ਵਰਤੋ ਨਹੀਂ ਕਰ ਸਕਦੇ ਜੇਕਰ ਤੁਹਾਡੇ ਘਰ ਦਾ ਲੋਡ 1 ਕਿਲੋਵਾਟ ਤੋਂ ਉੱਪਰ ਫੜਿਆ ਜਾਂਦਾ ਹੈ ਅਤੇ ਤੁਸੀਂ ਇਹ ਸਹੂਲਤ ਜਿਹੜੀ ਹੈ ਲੈ ਰਹੇ ਹੋ ਤਾਂ ਇਹ ਸਹੂਲਤ ਜਿਹੜੀ ਹੈ ਉਸੇ ਵਕਤ ਹੀ ਬੰਦ ਕਰ ਦਿੱਤੀ ਜਾਵੇਗੀ ਸੋ ਵੱਡੀ ਜਿਹੜੀ ਇਹ ਸੁਪਰ ਕੰਡੀਸ਼ਨ ਹੈ ਦੋਸਤੋ ਉਹ ਇਹੀ ਹੈ ਕਿ ਘਰ ਦਾ ਲੋਡ 1 ਕਿਲੋਵਾਟ ਤੋਂ ਘੱਟ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਸਬੰਧਤ ਸਰਟੀਫਿਕੇਟ ਜਿਹੜੇ ਨੇ ਹੋਣੇ ਚਾਹੀਦੇ ਨੇ ਇਸ ਦਾ ਕੋਈ ਵੀ ਵੱਖਰਾ ਖਰਚਾ ਜਿਹੜਾ ਹੈ ਮਹਿਕਮਾ ਤੁਹਾਡੇ ਤੋਂ ਨਹੀਂ ਲਏਗਾ ਪਰੇ ਸ਼ਰਤਾਂ ਜਿਹੜੀਆਂ ਤੁਸੀਂ ਜ਼ਰੂਰ ਪੂਰੇ ਕਰਦੇ ਹੋਵੋ। ਦੋਸਤੋ ਅਗਲਾ ਕਮੈਂਟ ਸਾਨੂੰ YouTube ਤੇ ਆਇਆ ਹੋਇਆ ਹੈ ਕਿ ਸਕੂਲ ਅਤੇ ਸਿਹਤ ਸਹੂਲਤਾਂ ਦਾ ਸੁਧਾਰ ਬਹੁਤ ਜ਼ਰੂਰੀ ਹੈ। ਔਰ ਅੱਜ ਹਰ ਬੰਦਾ ਆਪਣੇ ਬੱਚੇ ਦੀ ਚੰਗੀ ਪੜ੍ਹਾਈ ਦੇ ਖਰਚੇ ਚੁੱਕਣ ਦੇ ਵਿੱਚ ਪਰੇਸ਼ਾਨ ਹੈ ਤੇ ਇਹ ਦੋ ਮੇਜਰ ਜਿਹੜੇ ਮੁੱਦੇ ਨੇ। ਸਾਡੀ ਉਸ ਵੀਡੀਓ ਦੇ ਉੱਪਰ ਆਇਆ ਜਿੱਥੇ ਕਿ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਦੇ ਨਾਲ ਇਹ ਐਗਰੀਮੈਂਟ ਕੀਤਾ ਹੈ ਨੌਲੇਜ ਸ਼ੇਰੀਂ ਦਾ ਕਿ ਪੰਜਾਬ ਦੇ 18 ਡਿਪਾਰਟਮੈਂਟ ਜਿਹੜੇ ਨੇ ਉਹ ਦਿੱਲੀ ਸਰਕਾਰ ਦੇ ਇਹਨਾਂ 18 ਡਿਪਾਰਟਮੈਂਟਾਂ ਦੇ ਨਾਲ ਮਿਲ ਕੇ ਕੰਮ ਕਰਨਗੇ ਜਿਹੜਾ ਕੁਝ ਚੰਗਾ ਦਿੱਲੀ ਸਰਕਾਰ ਤੋਂ ਸਿੱਖਣਗੇ ਦੋ ਜਿਹੜੇ ਮੇਨ ਮੁੱਦੇ ਨੇ ਉਹ ਹੈ ਸਿਹਤ ਅਤੇ ਪੜਾਈ ਸੋ ਸਕੂਲਾਂ ਤੇ ਹਸਪਤਾਲਾਂ ਨੂੰ ਜਿਹੜਾ ਸੁਧਾਰ ਕਰਨ ਦਾ ਟੀਚਾ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਚੁੱਕਿਆ ਹੈ ਇਹ ਜਿਹੜਾ ਕਮੈਂਟ ਹੈ ਉਹ ਇਸ ਗੱਲ ਦੇ ਉੱਪਰ ਹੀ ਹੈ ਕਿ ਇੱਕ ਆਮ ਇਨਸਾਨ ਦੀਆਂ ਜਿਹੜੇ ਦੋ ਵੱਡੇ ਖਰਚੇ ਨੇ ਜ਼ਿੰਦਗੀ ਦੇ ਉਹ ਹੈ ਬੱਚਿਆਂ ਦੀ ਪੜ੍ਹਾਈ ਤੇ ਸਿਹਤ ਸੋ ਉਸ ਉੱਪਰ ਜੇਕਰ ਸਰਕਾਰ ਕੰਮ ਕਰਦੀ ਹੈ ਤਾਂ ਇੱਕ ਬਹੁਤ ਵੱਡੀ ਗੱਲ ਜਿਹੜੀ ਹੈ ਉਹ ਕਹੀ ਜਾ ਸਕਦੀ ਹੈ ਅਗਲਾ ਜਿਹੜਾ ਕਮੈਂਟ ਹੈ ਉਹ ਸੁਖ ਧਾਲੀਵਾਲ ਜੀ ਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਚੈਨਲ ਬਹੁਤ ਜਾਣਕਾਰੀ ਭਰਪੂਰ ਹੈ ਮੇਰਾ ਇਸ ਮਹੀਨੇ ਦਾ ਬਿੱਲ ਆ ਗਿਆ ਹੈ ਮੇਰਾ ਮੀਟਰ ਲੋਡ 1 ਕਿਲੋਵਾਟ ਹੈ ਮੇਰੇ ਬਿੱਲ ਵਿੱਚ ਪਿਛਲਾ ਬਕਾਇਆ ਜੁੜਿਆ ਹੈ ਮੈਂ ਅੱਜ ਬਿਜਲੀ ਦਫ਼ਤਰੋਂ ਪਤਾ ਕੀਤਾ ਕਿ ਉਹ ਕਹਿੰਦੇ ਸਾਨੂੰ ਬਕਾਏ ਮਾਫੀ ਲਈ ਉੱਪਰੋਂ ਕੋਈ ਵੀ ਲਿਸਟ ਨਹੀਂ ਆਈ ਹੈ ਕਿਰਪਾ ਕਰਕੇ ਦੱਸਿਆ ਜਾਵੇ ਕਿ ਉਸ ਲਿਸਟ ਵਿੱਚ ਕਿਵੇਂ ਨਾਮ ਆਵੇਗਾ ਸੁਖਤਾਲੀਵਾਲ ਜੀ ਬਹੁਤ ਸਾਰੇ ਜਿਹੜੇ ਖੱਪਕਾਰ ਨੇ ਬਿਜਲੀ ਬੋਰਡ ਦੇ ਬਹੁਤ ਸਾਰੇ ਪਰਿਵਾਰ ਨੇ ਪੰਜਾਬ ਦੇ ਵਿੱਚ ਉਹ ਇਹ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦਾ ਬਿੱਲ ਜਿਹੜਾ ਹੈ ਕਦੋਂ ਮਾਫ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਹੈ ਕਿ ਜਿੰਨਾ ਪਰਿਵਾਰਾਂ ਦਾ 2 ਕਿਲੋਵਾਟ ਤੋਂ ਘੱਟ ਦਾ ਲੋਡ ਹੈ ਅਤੇ ਉਹਨਾਂ ਦਾ ਕੋਈ ਬਕਾਇਆ ਬਿੱਲ ਜੇਕਰ ਕੋਈ ਪਿਆ ਖੜਾ ਹੈ ਤਾਂ 31 12 2021 ਤੋਂ ਪਹਿਲਾਂ-ਪਹਿਲਾਂ ਉਸ ਬਿੱਲ ਨੂੰ ਜਿਹੜਾ ਹੈ ਉਸ ਬਕਾਇਆ ਨੂੰ ਜਿਹੜਾ ਹੈ ਪੰਜਾਬ ਸਰਕਾਰ ਮਾਫ ਕਰੇਗੀ ਸੋ ਇਸ ਜਿਹੜੇ ਕਮੈਂਟ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਕਿ ਸਾਡਾ ਨਾਮ ਉਸ ਲਿਸਟ ਦੇ ਵਿੱਚ ਕਿਵੇਂ ਆਵੇਗਾ ਦੋਸਤੋ ਮੈਂ ਦੱਸਦਾ ਕਿ ਪਿਛਲੀ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਬਕਾਇਆ ਜਿਹੜੇ ਨੇ ਮਾਫ ਕੀਤੇ ਗਏ ਸੀ ਸੋ ਇਹ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਤੁਹਾਡਾ ਨਾਮ ਕਿਸੇ ਲਿਸਟ ਦੇ ਵਿੱਚ ਤੁਹਾਨੂੰ ਜਾ ਕੇ ਪਵਾਉਣ ਦੀ ਲੋੜ ਨਹੀਂ ਹੈ ਇਹ ਪੀਐਸ ਪੀਸੀਐਲ ਜਿਹੜਾ ਹੈ ਆਪੇ ਹੀ ਤੁਹਾਡੇ ਜਿਹੜੇ ਬਕਾਇਏ ਨੇ ਮਾਫ ਕਰੇਗਾ ਪਰ ਮੈਂ ਦੋਸਤੋ ਦੱਸਣਾ ਕਿ ਲਿਖਤ ਨੋਟੀਫਿਕੇਸ਼ਨ ਦਾ ਇੰਤਜ਼ਾਰ ਜਿਹੜਾ ਅਜੇ ਕੀਤਾ ਜਾ ਰਿਹਾ ਹੈ ਉਸ ਲਿਖਤ ਨੋਟੀਫਿਕੇਸ਼ਨ ਦੇ ਆਉਣ ਤੋਂ ਬਾਅਦ ਤੁਹਾਡੇ ਬਕਾਏ ਜਿਹੜੇ ਨੇ ਉਹ ਆਟੋਮੈਟਿਕਲੀ ਮਾਫ ਕਰ ਦਿੱਤੇ ਜਾਣਗੇ ਅੱਜ ਦਾ ਦੋਸਤੋ ਜੋ ਅਖੀਰਲਾ ਕਮੈਂਟ ਅਸੀਂ ਪੜ ਰਹੇ ਹਾਂ ਮਨੀਸ਼ ਥਾਪਰ ਜੀ ਦਾ ਕਹਿ ਰਹੇ ਨੇ ਬਿਜਲੀ ਚੋਰੀ ਕੁੰਡੀ ਦੀ ਸਮੱਸਿਆ ਵੱਲ ਵੀ ਧਿਆਨ ਦੇਣਾ ਬੜਾ ਜ਼ਰੂਰੀ ਹੈ ਜਿਸ ਦਾ ਸਿੱਧਾ ਬੋਝ ਜਿਹੜਾ ਖਪਤਕਾਰਾਂ ਤੇ ਪੈਂਦਾ ਹੈ ਤੇ ਬਿਜਲੀ ਦਾ ਬਿੱਲ ਜਿਹੜੇ ਪਰ ਰਹੇ ਨੇ ਇੱਥੇ ਕਹਿਣਾ ਹੈ ਕਿ ਬਹੁਤ ਸਾਰੇ ਖਪਤਕਾਰ ਪੰਜਾਬ ਦੇ ਵਿੱਚ ਬਿਜਲੀ ਦੀ ਚੋਰੀ ਬਿਜਲੀ ਦੀ ਕੁੰਡੀ ਲਗਾ ਰਹੇ ਨੇ ਜਿਸ ਨਾਲ ਕਿ ਆਮ ਜਿਹੜਾ ਖਪਤਕਾਰ ਹੈ ਜੋ ਬਿਜਲੀ ਦਾ ਬਿੱਲ ਸਮੇਂ ਸਿਰ ਭਰਦਾ ਹੈ ਉਹ 'ਤੇ ਪਰ ਬੋਝ ਪੈ ਰਿਹਾ ਸੋ ਇਹਨਾਂ ਦੀ ਜਿਹੜੀ ਹੈ ਇਹ ਇੱਕ رائے ਹੈ ਪੰਜਾਬ ਸਰਕਾਰ ਨੂੰ ਪੰਜਾਬ ਬਿਜਲੀ ਬੋਰਡ ਨੂੰ ਕਿ ਜਿਹੜੀਆਂ ਬਿਜਲੀ ਦੀਆਂ ਕੁੰਡੀਆਂ ਜਿਹੜੀਆਂ ਚੱਲ ਰਹੀਆਂ ਨੇ ਜਾਂ ਬਿਜਲੀ ਦੀ ਚੋਰੀ ਹੋ ਰਹੀ ਹੈ ਉਸ ਵੱਲ ਵੀ ਜਿਹੜਾ ਹੈ ਧਿਆਨ ਜ਼ਰੂਰ ਦਿੱਤਾ ਜਾਵੇ ਸਵਾਸ ਕਰਦੇ ਆਂ ਦੋਸਤੋ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਾਅਦ ਸੇ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ